ਹਲੋ ਜੀ, ਅਸਲਾਮ ਵਾਲੇਕਮ ਜਨਾਬ। ਜਨਾਬ ਤਾਂਦਲਾ ਮੰਡੀ ਦਾ ਜਨਾਬ ਵਿਜ਼ਿਟ ਕਰ ਰਿਹਾ ਜੀ। ਮਾਸ਼ਾਅੱਲਾ ਜੀ, ਬਹੁਤ ਖੂਬਸੂਰਤ ਖੂਬਸੂਰਤ ਘੋੜੀ ਜੀ। ਹੱਥ ਪੈਰ ਤੁਸੀਂ ਦੇਖੋ, ਛਾਪੇ ਆ ਰਹੀ ਬਾਬਾ ਜੀ। ਘੋੜੀ ਦੇ ਬਾਰੇ 'ਚ ਦੱਸ ਰਿਹਾ ਜੀ, ਗੋੜੀਆਂ ਦਾ ਖਾਤਾ ਮੈਂ ਸਾਰਾ ਲਿਖਿਆ ਰਹਿੰਦਾ। ਇਹਦੀ ਮਾਂ ਹੈ, ਇਹਦੀਆਂ ਭੈਣਾਂ ਹੈ, ਇਹਦਾ ਵਿਆਹ ਇੱਕ ਹੈ। ਠੀਕ ਹੈ ਬਾਬਾ, ਤੁਸੀਂ ਗੱਲ ਇਹ ਜਿਹੜਾ ਨਾ ਸਾਰੀਆਂ ਗੋੜੀਆਂ ਹੀ ਦੇ ਲਿਖੀਆਂ ਹੋਈਆਂ ਤਰੀਕਾਂ ਬਾਅਦ ਮੈਂ ਇਹ ਜਿਸ ਦੇ ਪੈਦਾ ਹੋਈ ਆਈ ਨਾ, ਇਹਦਾ ਮੈਂ ਨਾਂ ਰੱਖਿਆ ਸਨੋਬਰ ਪਰੀ। ਸਨੋਬਰ ਪਰੀ ਦੀ ਪੈਦਾਇਸ਼ ਹੋਈ 19 ਤਰੀਕ ਚੌਥਾ ਮਹੀਨਾ ਸੰਨ 2017। ਵਾਰ ਬੁੱਧਾ ਵੀ ਅਤੇ ਵਿਸਾਖ ਦੀ ਸਾਦਾ ਵੀ ਅਤੇ ਚਾਂਦੀ ਦਾ ਵੀ ਆ ਜਿਸ ਦੀ ਜੰਮੀ ਆ। ਹੁਣ ਜਿਸ ਦੇ ਮੈਂ ਮਿਲਾਈ ਨਾ ਸਨੋਬਰ, ਜਿਸ ਨੇ ਮਿਲਾਈ ਚੇਤਰ ਦੀ ਵੀ ਆ ਵੀ 5 ਤਰੀਕ ਆ ਵੀ ਚੌਥਾ ਮਹੀਨਾ ਹੀ ਸੰਨ 2021 ਚੰਨ ਦੀ ਉਸਦੇ 22 ਆ ਵੀ ਅਤੇ ਵਾਰ ਸਵਾਰ ਕੋਈ ਵਜ੍ਹਾ ਇਹ ਨਾ ਕੁੜੀਆਂ 'ਚ ਜਾਦੂ ਟੋਣੇ ਚੱਲ ਜਾਂਦੇ। ਗੋੜੀ ਤਰੀਕ 'ਤੇ ਨਾ ਸੋਵੇ, ਡਾਕਟਰ ਨੂੰ ਆਖੋ ਵੀ ਗੋੜੀ ਆਈ ਸੋਣਾ। ਕਿੰਨੀ ਦੇਰ 'ਚ ਬਾਬਾ ਸੁਪਨੀ ਘੋੜੀ? 12ਵੇਂ ਮਹੀਨੇ 12 ਮਹੀਨੇ ਪੂਰੇ ਕਰਦੀ। ਅੱਛਾ, ਉਸ ਦਿਨ ਉਹ ਡਾਕਟਰ ਆ ਕੇ ਟੀਕਾ ਲੈ ਸੀ 1 ਘੰਟੇ ਗੋੜੀ ਇਹਨਾਂ ਦੀ ਡੇਟ ਇਸ ਵਜ੍ਹਾ 'ਚੋਂ ਲਿਖੀ ਗਈ। ਕੋਈ ਬੱਚੇ ਨਾਲ ਨਹੀਂ ਰੱਖਦੇ ਨਹੀਂ ਪੂਰੇ 12 ਮਹੀਨੇ ਬਾਬਾ? ਹਾਂ, ਉੱਤੇ ਦਿਨ ਲੈਂਦੀ ਤਾਂ ਕੋਈ ਨਹੀਂ ਮੋਟੀ ਗੋੜੀ ਲੈ ਜਾਂਦੀ ਦੋ ਦਿਨ ਤਕੜੀ ਹੋ ਗਈ ਜਾਣੀ ਨਾ ਡੋਲ ਅਤੇ ਇਹ ਵੇਖ ਇਸ ਆ ਗੋੜੀਆਂ ਵਾਲੇ ਸ਼ੌਕ ਲੱਤਾਂ ਦੋਵੇਂ ਟੁੱਟੇ ਨਾ ਪਾਕਿਸਤਾਨ ਹਰ ਜ਼ਿਲ੍ਹੇ ਹਰ ਜਗ੍ਹਾ 'ਤੇ ਗੋੜੇ ਜਿਹੜਾ ਮੇਰੇ ਵਕਤ 'ਚ ਦੌੜਦੇ ਆ ਅਤੇ ਉਸ ਪਤਾ ਲੱਗਦਾ ਵੀ ਗੋਲਾ ਕਿਹੜਾ ਨਸਲੀ ਅਤੇ ਕਿਹੜਾ ਵਾਧੂ। ਹੁਣ ਮੈਂ ਚਲੂ ਤਾਂ ਮੈਂ ਚਰਨੇ 'ਚ ਚੜ ਜਾਂਦਾ ਫੁਲੀ 'ਚ, ਇਹਨੂੰ ਛੋੜ ਦੇਣਾ ਮੁਰੱਬੇ, ਮੈਂ ਮੁਰੱਬੇ ਫਿਰਦਿਆਂ ਵਰਤਾਂ ਅਤੇ ਜਿੱਥੇ ਮੈਂ ਖੜੀ ਇਹਨੂੰ ਸੱਜਣਾ ਸਨੋਬਰ ਹੋ ਰਹਾ ਉਸ ਆ ਜਾਣਾ ਇਹਨੂੰ ਉੱਥੇ ਮੈਂ ਝਮੜੀ ਹੁਣ ਛਾਲ ਘੰਬਾ ਵਗਦੀ ਇਹਨੂੰ ਆਪਣੇ ਚਪੱਕਾ ਬਾਹਰ ਜਾ ਚਲੀਦਾ ਇਸ ਮੇਰੇ ਪਰ ਕਦੋਂ ਅੱਜ ਬਾਹਰ ਜਾਣਾ ਮੈਂ ਜਿੱਥੇ ਬਾਹਰ ਜਾਣਾ ਮੈਨੂੰ ਲੱਗੇ ਠੀਕ ਹੋ ਫੋਟੂ ਸ਼ਾਰ ਕੋਲ ਹੈ ਤੈਨੂੰ ਬਿਠਾਈਂਦਾ ਮੰਜੇ ਤੇ ਮੇਰੇ ਨਾਲ ਸੁੱਤੀ ਵੀ ਸਿਰਾਣਾ ਰੱਖ ਕੇ ਛੋਟੀ ਆਉਂਦੀ ਇਹਨਾਂ ਨੂੰ ਮੱਖਣ ਖਵਾਈ ਮੁੜੀ ਸਾਈਂ ਦੇ ਕੋਲ ਪੈਰ ਹੀ ਕਰਦੇ ਤੇ ਇੱਥੇ ਅਜੇਬ ਨੂੰ ਆਸਮਾ ਸਰੋਵਰ ਇਲਾ ਜੇ ਫਰੋਲ ਕੇ ਵਿੱਚੋਂ ਘੱਟ ਲੈਣੀ ਵੀ ਕੀ ਸ਼ਾਇਦ ਖਾਵਾਂਗੇ ਇਹ ਜੀ ਪਾ ਲਈ ਹੋਈ ਮੈਂ ਫਸ ਗਿਆ ਇਹੋ ਜਿਹੀ ਗੋੜੀ ਕੌਣ ਬੰਦਾ ਨਹੀਂ ਵੇਚਦਾ। ਮੇਰਾ ਦੋਸਤ ਆ ਆਈ ਲਿਸ਼ਾਰਿਆਂ ਚੱਕਦਾ ਜੋ ਲਗਾ 2 ਲੱਖ ਰੁਪਈਆ ਜੋ ਮੇਰੇ ਅੱਗੇ ਸੱਚਿਆ ਰੱਖਿਆ ਬਾਬਾ ਨਾ ਮੈਂ ਗੋੜੀ ਦੀ ਕੀਮਤ ਦੇ ਸਕਦਾ ਨਾ ਮੈਂ ਪਾ ਸਕਦਾ ਆ ਤੇਰਾ ਤਿਆਰ
ਮੈਂ ਕਿਹਾ ਗੁਜਰਾ ਘੋੜਿਆਂ ਦੇ ਸ਼ੇਰ ਬੜੇ ਉੱਚੇ ਲੰਮੇ ਹੁੰਦੇ। ਉਸ ਆਖਿਆ ਬਾਬਾ ਤੂੰ ਦੇਖੇ ਮੈਂ ਵੀ ਗੁਜਰ ਲਵਾ ਖੂਨ ਆ ਮੈਂ ਠੀਕ ਹੈ। ਉਸ ਪਾਠ ਮੈਂ ਚੜਿਆ ਹੋਈ ਕੋਈ ਨਾ ਪੈ ਬੱਚੀ ਆਈ ਬਿਆਨ ਆਈ ਅਸੀਂ ਇਸ 'ਤੇ ਘੋੜਾ ਗੱਟਿਆ ਅਸੀਂ ਮੁੰਡੇ ਦਿੱਤੇ ਉਸ ਨੂੰ ਮੈਂ ਗੱਲਿਆ ਮੈਂ ਕਿਹਾ ਜਾ ਗੁਜਰਾਂ ਨੂੰ ਆਖੇ ਅਤੇ ਗੋਲੀ ਸਾਲ ਰੱਖਣੀ ਨਹੀਂ ਅਸੀਂ ਇੱਕ ਮਹੀਨਾ ਸੂਣ ਦਾ ਰਹਿੰਦਾ ਹੋਇਆ ਗੋਲੀ ਲੈ ਉਹ ਫੌਜੀ ਚਾਹੀਦਾ ਉਹਦੇ ਵੀ ਰਾਵਾਂ ਇਸ ਆਖਿਆ ਅਬੂ ਮੈਨੂੰ ਗਲਿਆ ਗਿਆ ਗੋਲੀ ਰੱਖੋ ਅਤੇ ਅਸੀਂ ਜਦੋਂ ਸੋਹਣ ਆਈ ਲੈ ਜਸਾਂ ਉਹਨਾਂ ਕੋਲ ਭਾਲ ਨਾ ਸਾਨੂੰ ਘੋੜੀ ਬੰਨਣੀ ਆਉਂਦੀ ਨਾ ਖੋਲ੍ਹਣੀ ਆਉਂਦੀ ਜਿਸ ਬੰਦੇ ਤੁਹਾਡੇ ਕੋਲੋਂ ਲਈ ਨਾ ਉਹ ਆਏਗਾ ਚੱਲ ਆਏਗਾ ਪਾਣੀ ਨਹੀਂ ਕੋਈ ਨਾ ਪੀਣਾ ਮੈਥੋਂ ਰਲਦਾ ਨਹੀਂ ਫੋਨ ਮੇਰੀ ਜੇਬ ਦੇ ਵਿੱਚ ਮੈਂ ਜਿਹਦੇ ਰਲਾਂਗਾ ਮੈਂ ਨਸ਼ਾ ਰਲਾਂਗਾ ਮੈਨੂੰ ਰਲਾ ਜੋ ਸੋਹਣ ਮਿਲਦੀ ਨਾ ਉਸ ਗੁਜਰ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਤਾਂਗਲਾ ਮੰਡੀ ਲੈ ਗਈ ਨਹੀਂ ਗੁਜਰਾ ਮੈਂ ਬੱਚੇ ਲੈ ਕੇ ਕੀ ਨਾਂ ਹੈ ਤੇਰਾ? ਅੱਛਾ ਜ਼ਹੀਰ, ਕਿੰਨੇ ਪੈਸੇ ਕੋਲੇ ਦੇ? ਅਸੀਂ ਥੋੜ੍ਹਾ ਜਿਹਾ 1983 ਦੇ ਕੋਲੇ ਹੋਵੇ। ਲਓ ਜੀ ਘੋੜੀ ਦੇ। ਅੱਛਾ ਜ਼ਹੀਰ, ਕਿੰਨੇ ਪੈਸੇ? 5 ਲੱਖ ਰੁਪਈਆ ਫਾਈਨਲ? ਅੱਛਾ, ਕੋਈ ਨੰਬਰ ਹੈਗਾ ਜੀ? ਦੱਸੋ। 0341 6847 407 ਅਤੇ ਇਹ ਘੋੜੀ ਦੀ ਉਮਰ ਕਿੰਨੀ? 3 ਸਾਲ। ਗੱਬਨ ਕੀਤੀ ਹੋਈ? ਚੌਥਾ। ਅਤੇ ਬਾਬਾ ਜੀ ਤੇਰੇ ਦਾਦਾ ਜੀ? ਅੱਬਾ। ਅੱਛਾ ਲਓ ਜੀ, ਮਾਸ਼ਾ ਅੱਲਾਹ। ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ। ਜ਼ਿਆਦਾ ਚਾਹ ਰਹੇ ਜਨਾਬ। ਅੱਲਾਹ ਹਾਫਿਜ਼।